ਇਹ ਘੱਗਰ ਦਰਿਆ ਦੇ ਉੱਤੇ ਚਾਂਦਪੁਰਾ ਵਿਖੇ ਬਣਿਆ ਸਾਈਫਨ ਹੈ, ਜਿਹੜਾ ਕਿ ਚਾਂਦਪੁਰਾ ਬੰਨ੍ਹ ਟੁੱਟਣ ਦਾ ਮੇਨ ਕਾਰਨ ਬਣਦਾ ਹੈ। ਪਿੱਛੋਂ ਜਦੋਂ ਬਰਸਾਤਾਂ ਦਾ ਪਾਣੀ ਇਸ ਦਰਿਆ ਦੇ ਵਿੱਚ ਚੜ੍ਹ ਕੇ ਆਉਂਦਾ ਹੈ ਤਾਂ ਉਹ ਪਿੱਛੋਂ ਦਰਖਤ ਅਤੇ ਬੂਟੀ ਵਗੈਰਾ ਨਾਲ ਲੈ ਕੇ ਆਉਂਦਾ, ਜਿਹੜੀ ਇਹਨਾਂ ਪੁਲਾਂ ਦੇ ਵਿੱਚ, ਜਿਨ੍ਹਾਂ ਨੂੰ ਇੱਥੋਂ ਦੀ ਭਾਸ਼ਾ ਦੇ ਵਿੱਚ ਦਰਵਾਜ਼ੇ ਕਿਹਾ ਜਾਂਦਾ ਹੈ, ਇਹਨਾਂ ਦਰਵਾਜ਼ਿਆਂ ਦੇ ਵਿੱਚ ਫਸ ਜਾਂਦੀ ਹੈ ਅਤੇ ਪਿੱਛੇ ਪਾਣੀ ਓਵਰਫਲੋ ਹੋ ਕੇ ਚਾਂਦਪੁਰਾ ਬੰਨ੍ਹ ਨੂੰ ਤੋੜ ਦਿੰਦਾ ਹੈ। ਇਹ ਚਾਂਦਪੁਰਾ ਵਿਖੇ ਭਾਖੜਾ ਅਤੇ ਘੱਗਰ ਦੇ ਉੱਤੇ ਬਣਿਆ ਸਾਈਫਨ ਹੈ, ਜਿਹਦੇ 21 ਦਰਵਾਜ਼ੇ ਹੈ। ਦੇਖ ਸਕਦੇ ਹੋ ਤੁਸੀਂ, ਇਸੇ ਸਾਈਫਨ ਦੇ ਵਿੱਚ ਪਿਛਲੇ ਸਾਲ ਦਰਖਤ ਵਗੈਰਾ ਫਸਣ ਦੇ ਨਾਲ ਪਾਣੀ ਓਵਰਫਲੋ ਹੋਇਆ ਸੀ, ਕਿਉਂਕਿ ਇਲਾਕੇ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਤੋਂ ਵਾਰ ਵਾਰ ਪੋਕਲੈਨ ਮਸ਼ੀਨ ਦੀ ਮੰਗ ਕੀਤੀ ਜਾਂਦੀ ਰਹੀ, ਜਿਹੜੀ ਕਿ ਸਰਕਾਰ ਵੱਲੋਂ ਲੋਕਾਂ ਨੂੰ ਮੁਹੱਈਆ ਨਹੀਂ ਕਰਵਾਈ ਗਈ। ਪੋਕਲੈਨ ਮਸ਼ੀਨ ਦੇ ਨਾ ਆਉਣ ਕਰਕੇ ਇਹ ਦਰਵਾਜ਼ੇ ਹੈ ਜਿਹੜੇ ਬਿਲਕੁਲ ਬੰਦ ਹੋ ਗਏ ਅਤੇ ਪਿੱਛੇ ਪਾਣੀ ਚੜ੍ਹਨਾ ਸ਼ੁਰੂ ਹੋ ਗਿਆ। 18 ਸਾਢੇ 18 ਫੁੱਟ ਪਾਣੀ ਜਦੋਂ ਘੱਗਰ ਦੇ ਵਿੱਚ ਸੀ ਤਾਂ ਚਾਂਦਪੁਰਾ ਬੰਨ੍ਹ ਟੁੱਟ ਗਿਆ, ਜਿਹਦੇ ਨਾਲ ਪੰਜਾਬ ਅਤੇ ਹਰਿਆਣੇ ਦੇ ਬਾਰਡਰ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ, ਮਕਾਨਾਂ ਦਾ ਨੁਕਸਾਨ ਹੋਇਆ। ਇਹ ਪੁਲ ਇਸ ਵਾਰ ਫਿਰ ਜਦੋਂ ਇਹਦੇ ਵਿੱਚ ਪਾਣੀ ਆਇਆ ਘੱਗਰ ਦੇ, ਤਾਂ ਇਹ ਪੁਲ ਫਿਰ ਬੰਦ ਹੋ ਗਏ ਸੀ, ਜਿਨ੍ਹਾਂ ਨੂੰ ਅੱਜ ਸਵੇਰੇ ਸਾਫ਼ ਕੀਤਾ ਗਿਆ। ਚਾਂਦਪੁਰਾ ਬੰਨ੍ਹ ਹੈ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈ, ਇਹਦੀ ਲੰਬਾਈ ਤਕਰੀਬਨ 6 ਕਿਲੋਮੀਟਰ ਤੋਂ ਵੱਧ ਹੈ। 1954 ਦੇ ਵਿੱਚ ਜਦੋਂ ਭਾਖੜਾ ਮੇਨ ਬ੍ਰਾਂਚ ਇੱਥੋਂ ਦੀ ਨਿਕਲੀ ਤਾਂ ਘੱਗਰ 'ਤੇ ਸਾਈਫਨ ਬਣਿਆ। ਉਹਦੇ ਨਾਲ 1962 ਦੇ ਵਿੱਚ ਜਦੋਂ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਤਾਂ ਇਸ ਇਲਾਕੇ ਦੇ ਵਿੱਚ ਪਹਿਲਾ ਹੜ੍ਹ ਆਇਆ ਸੀ, ਜਿਹਨੂੰ ਦੇਖ ਕੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਇਹ ਬੰਨ੍ਹ ਵਾਲੀ ਜਗ੍ਹਾ ਜਿਹੜੀ ਇਹ ਕਵਾਇਰ ਕਰ ਲਈ ਸੀ। 1966 ਦੇ ਵਿੱਚ ਜਦੋਂ ਪੰਜਾਬ ਅਤੇ ਹਰਿਆਣਾ ਅਲੱਗ ਹੋ ਗਏ, ਇਹ ਏਰੀਆ ਹਰਿਆਣੇ ਦੇ ਹਿੱਸੇ ਆ ਗਿਆ, ਕਿਉਂਕਿ ਚਾਂਦਪੁਰਾ ਹਰਿਆਣੇ ਦੇ ਜ਼ਿਲ੍ਹਾ ਫਤਿਹਾਬਾਦ ਦਾ ਪਿੰਡ ਹੈ। ਉਸ ਤੋਂ ਬਾਅਦ 1988 ਦੇ ਵਿੱਚ ਇਹ ਬੰਨ੍ਹ ਟੁੱਟਿਆ। ਉਸ ਤੋਂ ਬਾਅਦ 5 ਸਾਲ ਬਾਅਦ ਫਿਰ 1993 ਦੇ ਵਿੱਚ ਜਦੋਂ ਇਹ ਬੰਨ੍ਹ ਟੁੱਟਿਆ, ਇਹ ਬੰਨ੍ਹ ਨੂੰ ਬੰਦ ਕਰਨ ਵਾਸਤੇ ਕਾਫੀ ਲੋਕਾਂ ਨੂੰ ਮੁਸ਼ਕਲ ਆਈ, ਕਿਉਂਕਿ 2.5 ਕਿਲੋਮੀਟਰ ਏਰੀਆ ਜਿਹੜਾ ਇਸ ਬੰਨ੍ਹ ਦਾ ਉਹ ਹਰਿਆਣੇ ਦੇ ਵਿੱਚ ਪੈਂਦਾ, ਜ਼ਿਲ੍ਹਾ ਫਤਿਹਾਬਾਦ ਦੇ ਵਿੱਚ। ਬਾਕੀ ਦਾ ਹਿੱਸਾ ਅੱਗੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦਾ ਪਿੰਡ ਕਾਲੀਆ ਸ਼ੁਰੂ ਹੋ ਜਾਂਦਾ। ਅਗਲਾ ਜਿਹੜਾ ਹਿੱਸਾ ਹੈ ਉਹ ਸੰਗਰੂਰ ਦੇ ਪਿੰਡ ਕਾਲੀਆ ਦੀ ਹੱਦ ਤੋਂ ਪੰਜਾਬ ਦਾ ਹਿੱਸਾ ਸ਼ੁਰੂ ਹੋ ਜਾਂਦਾ। ਤਾਂ 1993 ਦੇ ਵਿੱਚ ਜਦੋਂ ਦਿੱਕਤਾਂ ਆਈਆਂ ਲੋਕਾਂ ਨੂੰ ਇਹ ਬੰਨ੍ਹ ਨੂੰ ਬੰਦ ਕਰਨ ਵਾਸਤੇ, ਤਾਂ ਇਲਾਕੇ ਦੇ ਲੋਕਾਂ ਨੇ ਇੱਕ ਪਟੀਸ਼ਨ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ, ਜਿਹਦੇ ਵਿੱਚ ਫੈਸਲਾ ਜੱਜ ਸਾਹਿਬਾਨ ਨੇ ਇਹ ਕੀਤਾ ਕਿ ਜਿਹੜਾ ਹਿੱਸਾ 2.5 ਕਿਲੋਮੀਟਰ ਦੇ ਲਗਭਗ ਹਰਿਆਣੇ ਦੇ ਵਿੱਚ ਆਉਂਦਾ, ਇਹਦੀ ਮਾਲਕੀ ਪੰਜਾਬ ਦੀ ਹੈ।
ਇਹਦਾ ਰੱਖ ਰਖਾਅ ਹੈ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ, ਜ਼ਿਲ੍ਹਾ ਮਾਨਸਾ ਦਾ ਪ੍ਰਸ਼ਾਸਨ ਕਰੂਗਾ। ਕਿਉਂਕਿ ਇਹ ਜਦੋਂ ਚਾਂਦਪੁਰਾ ਬੰਨ੍ਹ ਟੁੱਟਦਾ ਤਾਂ ਇਹਦੇ ਨਾਲ ਸਭ ਤੋਂ ਪਹਿਲਾ ਪਿੰਡ ਮਾਨਸਾ ਜ਼ਿਲ੍ਹੇ ਦਾ ਗੋਰਖਨਾਥ ਅਤੇ ਕੁਲਰੀਆਂ ਪਿੰਡ ਪ੍ਰਭਾਵਿਤ ਹੁੰਦੇ ਹੈ। ਇਹ ਬੰਨ੍ਹ ਟੁੱਟਣ ਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਮਾਨਸਾ ਜ਼ਿਲ੍ਹੇ ਦਾ ਹੁੰਦਾ। ਉਸ ਤੋਂ ਬਾਅਦ ਅੱਗੇ ਜਾ ਕੇ ਫਤਿਹਾਬਾਦ ਜ਼ਿਲ੍ਹੇ ਦੇ ਕੁਛ ਪਿੰਡ ਹੈ ਜਿਵੇਂ ਸਰਦਾਰੇ ਵਾਲਾ, ਬਾਹਮਣ ਵਾਲਾ, ਉਹਨਾਂ ਪਿੰਡਾਂ ਦੇ ਵਿੱਚ ਵੀ ਨੁਕਸਾਨ ਕਰਦਾ। ਦੇਖੋ ਘੱਗਰ ਦਰਿਆ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਨਾ ਬਹੁਤ ਵੱਡੇ ਵੱਡੇ ਦਰੱਖਤ ਅਤੇ ਬੂਟੀਆਂ ਵਗੈਰਾ ਫਸੀਆਂ ਹੋਈਆਂ ਸੀ। ਅਸੀਂ ਉਹ ਹਰਿਆਣਾ ਪ੍ਰਸ਼ਾਸਨ ਦੇ ਨਾਲ ਜਦੋਂ ਤਾਲਮੇਲ ਕੀਤਾ ਤਾਂ ਉਹਨਾਂ ਨੇ ਸਾਨੂੰ ਪੋਕਲੈਨ ਮਸ਼ੀਨ ਸੀ ਜਿਹੜੀ ਕੱਲ੍ਹ ਸਵੇਰੇ ਮੁਹੱਈਆ ਕਰਾਤੀ ਸੀ, ਉਹਦੇ ਨਾਲ ਜਿਹੜੇ ਦਰੱਖਤ ਵਗੈਰਾ ਬੂਟੀ ਵਗੈਰਾ ਉਹ ਕੱਲ੍ਹ ਸਵੇਰੇ 10 ਵਜੇ 9-10 ਵਜੇ ਅਸੀਂ ਕੱਢ ਕੇ ਇਹਨਾਂ ਨੂੰ ਸਾਫ਼ ਕਰਤਾ ਸੀ। ਪਾਣੀ ਜਿਹੜਾ ਪਿੱਛੇ ਚੜਿਆ ਹੋਇਆ ਸੀ, ਦਾਫ਼ ਲੱਗੀ ਹੋਈ ਸੀ, ਉਹ ਠੀਕ ਹੋ ਗਿਆ। ਪਰ ਹੁਣ ਪਿੱਛੋਂ ਬਰਸਾਤਾਂ ਹੋ ਰਹੀਆਂ, ਪਾਣੀ ਵੱਧ ਰਿਹਾ, ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਬੂਟੀ ਵਗੈਰਾ ਬਿਲਕੁਲ ਤਾਜ਼ੀ ਆ ਰਹੀ ਹੈ। ਅਤੇ ਆਹ ਰਾਤ ਦਰੱਖਤ ਹੈ ਜਿਹੜੇ ਕੋਈ ਫਸੇ ਹੋਏ ਆ, ਤੁਸੀਂ ਲਹਿਰ ਦੇਖ ਰਹੇ ਹੋ ਜਿਹੜੀ ਬਣ ਰਹੀ ਹੈ, ਇਹ ਪੁਲਾਂ ਦੇ ਵਿੱਚ ਦਰੱਖਤ ਫਸਣ ਕਰਕੇ ਬਣੀ ਹੈਗੀ। ਸਾਡੀ ਪ੍ਰਸ਼ਾਸਨ ਤੋਂ ਮੰਗ ਹੈ, ਕਿਉਂਕਿ ਪੋਕਲੈਨ ਮਸ਼ੀਨ ਹੈ ਜਿਹੜੀ ਸਪੈਸ਼ਲ ਚਾਂਦਪੁਰਾ ਸਾਈਫਨ ਵਾਸਤੇ ਪੰਜਾਬ ਸਰਕਾਰ ਨੇ ਦਿੱਤੀ ਸੀ, ਪਰ ਉਹ 1 ਮਹੀਨਾ ਪਹਿਲਾਂ ਇੱਥੇ ਆ ਗਈ ਸੀ, ਉਦੋਂ ਜ਼ਰੂਰਤ ਨਹੀਂ ਸੀ। ਡਰੇਨਾਂ ਦੀ ਸਫਾਈ ਦਾ ਕਹਿ ਕੇ ਮਹਿਕਮੇ ਵਾਲੇ ਉਹ ਪੋਕਲੈਨ ਮਸ਼ੀਨ ਨੂੰ ਲੈ ਗਏ ਸੀ। ਹੁਣ ਸਾਡੀ 2-3 ਦਿਨਾਂ ਤੋਂ ਬੇਨਤੀ ਕਰ ਰਹੇ ਹਾਂ ਪ੍ਰਸ਼ਾਸਨ ਨੂੰ, ਖਾਸ ਕਰ ਡਰੇਨ ਡਿਪਾਰਟਮੈਂਟ ਨੂੰ ਜਿਹੜਾ ਇੱਥੇ ਚਾਂਦਪੁਰਾ ਬੰਨ੍ਹ ਦੀ ਦੇਖ ਰੇਖ ਕਰਦਾ, ਕਿ ਸਾਨੂੰ ਜਿਹੜੀ ਪੋਕਲੈਨ ਮਸ਼ੀਨ ਹੈ ਇਹਨਾਂ ਦਿਨਾਂ ਦੇ ਵਿੱਚ ਉਹ 24 ਘੰਟੇ ਇੱਥੇ ਮੁਹੱਈਆ ਕਰਾਈ ਜਾਵੇ। ਕਿਸੇ ਵੇਲੇ ਵੀ ਕਿਹੋ ਜਿਹੇ ਵੀ ਹਾਲਾਤ ਹੈ ਜਿਹੜੇ ਇੱਥੇ ਹੋ ਸਕਦੇ ਆ, ਦਰੱਖਤ ਵਗੈਰਾ ਆ ਕੇ ਫਸ ਸਕਦੇ ਆ, ਉਹਨਾਂ ਨੂੰ ਕੱਢਣ ਵਾਸਤੇ ਇੱਥੇ ਪੋਕਲੈਨ ਮਸ਼ੀਨ 24 ਘੰਟੇ ਚਾਹੀਦੀ ਹੈ।